सत श्री अकाल दोस्तों, मैं हाँ तुहाडा अपना गुरविंदर सिंह। तुसी देख रहे हो बाजवा एंड संधु ब्लॉग। PSAC दे मुलाजम स्ट्राइक ते ने, जिन्हें भी इंपलॉई ने वो स्ट्राइक ते जा रहे ने, ते तकरीबन 1.5 लाख दे करीब जिहड़े इंपलॉई ने जो स्ट्राइक ते चले जाण तां उस कंट्री की हालत देखने वाली होंदी है। बट इस स्ट्राइक ते कोविड दे नाल तुलना करना थोड़ा जिहा औखा है। तो सब तो वड्डी गल है कि हुण सवाल ये खड़े हो रहे हैं कि सानू एप्लीकेशन मूव करनी चाहिए है, कि असी कैनेडा फाइल लगाइए या फिर वेट कर लिए। इवन कि कुछ एजेंटा ने यह गाइड करना शुरू कर दिता है जी तुसी कैनेडा की बजाय UK या आस्ट्रेलिया चले जाओ। खास करके टूरिज्म के जिन्ने भी कह सकते हैं कि एप्लीकेंट ने उन्होंने गाइड किया जा रहा है कि तुसी UK देख लो, आस्ट्रेलिया देख लो। उस तो बाद स्टूडेंट वीज़ा भी क्या यह जा रहा है कि थोड़ा रुक जाओ, रुक के फाइलिंग करो। ठीक है, हुण इहदे विच स्टूडेंट बहुत कसूता फस जाता है कि असी फाइलिंग करिए ना करिए, रुक जाइए या कंडीशन किवें दी है, की करना चाहिए है। सो इसे नूं लैके अज दी वीडियो होने वाली है। तो इस वीडियो दे विच बकायदा तौर दे उत्ते तुहानू उस प्रोटेस्ट दे कह सकदे हां या फिर उस सिचुएशन दे बकायदा तौर दे उत्ते तस्वीरां दिखावांगा, नाल दी नाल ही उस चीज़ नूं एक्सप्लेन करांगा ਤੇ ਤੁਸੀਂ ਫਾਈਲਿੰਗ ਕਰੋ ਜਾਂ ਨਾ ਕਰੋ ਉਸ ਬਾਰੇ ਐਡਵਾਈਸ ਜਿਹੜੀ ਹੈ ਉਹ ਅੱਜ ਦੇ ਵੀਡੀਓ ਵਿੱਚ ਰਹਿਣ ਵਾਲੀ ਹੈ। ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਸੋ ਕਦੇ ਵੀ ਪ੍ਰਮੋਸ਼ਨਲ ਕੰਟੈਂਟ ਬਣਾਉਣ ਦਾ ਕਹਿ ਸਕਦੇ ਹਾਂ ਕਿ ਮਕਸਦ ਨਹੀਂ ਹੁੰਦਾ, ਹਮੇਸ਼ਾ ਤੁਹਾਡੇ ਲਈ ਕੰਟੈਂਟ ਹੁੰਦਾ ਹੈ, ਤੁਹਾਡਾ ਆਪਣਾ ਪਲੇਟਫਾਰਮ ਹੈ। ਕੋਸ਼ਿਸ਼ ਕਰੀਦੀ ਹੈ ਕਿ ਜੋ ਤੁਹਾਨੂੰ ਚਾਹੀਦਾ ਹੈ ਉਹ ਪੇਸ਼ ਕੀਤਾ ਜਾਵੇ, ਨਾ ਕਿ ਪ੍ਰਮੋਸ਼ਨਲ ਰੰਗਤ ਦਿੱਤੀ ਜਾਵੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਪਲੇਟਫਾਰਮ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਰਕੂਲੇਟ ਕਰੋ ਤਾਂ ਜੋ ਇਨਫੋਰਮੇਸ਼ਨ ਜਿਹੜੀ ਹੈ ਹੋਰ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਵੀ ਕਨਫਿਊਜ਼ਨ ਦਾ ਪਾਰਟ ਬਣੇ ਹੋਏ ਨੇ। ਸੋ ਜੇਕਰ SOP ਕੇਪਸ ਨੋਟ ਵਗੈਰਾ ਚ ਹੈਲਪ ਚਾਹੁੰਦੇ ਹੋ ਵੈਲਕਮ ਹੈ। ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਨਾ ਕਰਿਆ ਕਰੋ। ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਵਟਸਐਪ ਦਾ ਨੰਬਰ ਦਿੱਤਾ ਹੈ, ਚੈਟ ਕਰ ਲਓ, ਟਾਈਮ ਬਣਾ ਲਿਓ, ਅਪੁਆਇੰਟਮੈਂਟ ਦਾ ਜੋ ਟਾਈਮ ਹੋਏਗਾ ਉਸ ਹਿਸਾਬ ਨਾਲ ਕਾਲ ਬੈਕ ਕਰਕੇ ਤੁਹਾਡਾ ਹਰ ਕੰਸਰਨ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਵੀਡੀਓ ਦੇ ਵਿੱਚ ਪਹਿਲਾਂ ਹੀ ਕਿਹਾ ਸੀਗਾ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਕੀ ਫਾਈਲਿੰਗ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਰੰਟ ਸਿਚੁਏਸ਼ਨ ਕੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਵੀ ਇਹ ਪ੍ਰੋਟੈਸਟ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ, ਜੋ ਵੀ ਇਹ ਸਟ੍ਰਾਈਕ ਹੋ ਰਹੀ ਹੈ, ਦਰਅਸਲ ਇਹ ਸਟ੍ਰਾਈਕ ਸਿਰਫ ਇੱਕ ਕਹਿ ਸਕਦੇ ਜਥੇਬੰਦੀ ਦੇ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦਾ ਕਹਿ ਸਕਦਾ ਕਿ ਅਸਰ IRCC ਅਤੇ ਕਹਿ ਸਕਦੇ ਹਾਂ CRA ਸਣੇ ਹੋਰ ਕਈ ਡਿਪਾਰਟਮੈਂਟ 'ਤੇ, CBSA ਅਤੇ ਹੋਰ ਕਈ ਡਿਪਾਰਟਮੈਂਟਸ 'ਤੇ ਪੈ ਰਿਹਾ। ਇਹਦਾ ਇਹ ਤੋਂ ਮੁਨਕਰ ਜਾਂ ਇਹਨੂੰ ਨਕਾਰਿਆ ਨਹੀਂ ਜਾ ਸਕਦਾ, ਪਰ ਇਸ ਸਭ ਦੇ ਵਿਚਾਲੇ ਕਈ ਸਰਵਿਸਿਜ਼ ਚੱਲ ਰਹੀਆਂ ਨੇ। ਜਿਵੇਂ ਮਤਲਬ IRCC ਦੀ ਗੱਲ ਕਰ ਲਈਏ, IRCC ਦੇ ਹਰ ਲਗਭਗ ਕੰਟਰੀ ਦੇ ਵਿੱਚ ਆਫਿਸਿਸ ਹੁੰਦੇ ਨੇ। ਜਿਵੇਂ ਮੰਨ ਲਿਆ ਨਿਊ ਦਿੱਲੀ ਹੈ, ਲੰਡਨ ਦੇ ਵਿੱਚ ਹੈ। ਸੋ ਇਸ ਤਰੀਕੇ ਦੇ ਨਾਲ ਵੱਖ ਵੱਖ ਜਿਹੜੇ ਆਫਿਸ ਹੁੰਦੇ ਆ ਨਾ, ਉੱਥੇ ਵੀ ਤੁਹਾਡੀ ਫਾਈਲ ਜਿਹੜੀ ਉਹ ਚੈੱਕ ਹੁੰਦੀ ਹੈ। ਹੁਣ ਕਿਵੇਂ ਚੈੱਕ ਹੁੰਦੀ ਹੈ ਇਹ ਤੁਸੀਂ ਜੇਕਰ ਕਹਿ ਸਕਦਾ ਕਿ ਇਹਨੂੰ ਮੈਂ ਕੋਈ ਹਵਾ ਵਿੱਚ ਗੱਲ ਨਹੀਂ ਕਹਿ ਰਿਹਾ, ਸੇਨ ਫਰੇਜ਼ਰ ਦਾ ਇੱਕ ਬਿਆਨ ਆ ਵਾਲਾ ਸੁਣ ਲਓ, ਤੁਹਾਨੂੰ ਪਤਾ ਲੱਗ ਜਾਏਗਾ। ਦੇਖੋ ਉਹਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਹੇ ਨੇ, ਪਹਿਲਾਂ ਤੁਸੀਂ ਉਹ ਬਿਆਨ ਸੁਣ ਲਓ ਫਿਰ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ। ਵੇਅਰ ਬਾਈ ਦ ਐਂਡ ਆਫ ਦ ਈਅਰ ਵੀ ਐਕਸਪੈਕਟ ਟੂ ਬੀ ਬੈਕ ਟੂ ਦ ਸਰਵਿਸ ਸਟੈਂਡਰਡ ਫਾਰ ਵਰਕ ਪਰਮਿਟਸ ਐਂਡ ਫਾਰ ਸਟੱਡੀ ਪਰਮਿਟਸ। ਵਿਜ਼ਿਟਰਸ ਵੀਜ਼ਾਸ ਵਿਲ ਸਪਿਲ ਇਨ ਟੂ 2023 ਔਨ ਦੀ ਕਰੰਟ ਸਕੇਡਿਊਲ ਵੈਨ ਆਈ ਐਮ ਲੁਕਿੰਗ ਐਟ ਦੀ ਇੰਪੈਕਟ ਆਫ ਦ ਪਾਲਿਸੀਜ਼ ਦੈਟ ਵੀਵ ਹੈਡ। But we're also advancing digital solutions to leverage advanced analytics to ensure that we're offering automatic extensions to low risk and high volume applications, such as automatic extensions for study permits, which we announced a few weeks ago. And we're in the middle of moving towards a completely digitized system, which is the long term solution here. The reality is, in a paper based system, which we've had for many years in our immigration system, it's not possible to leverage the strengths of our global network. When we pivot to a proper digital platform over the next couple of years, we'll be in a position where if our office in Delhi is overwhelmed with volume and our office in London is slow, we'll be able to process the applications from Delhi in our London office. These are the kinds of changes that we're making now that are going to dramatically improve. ਸੇਨ ਫਰੇਜ਼ਰ ਦਾ ਤੁਸੀਂ ਇਹ ਬਿਆਨ ਸੁਣਿਆ ਜਿਹਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਜੇਕਰ ਨਿਊ ਦਿੱਲੀ ਆਫਿਸ ਦੇ ਵਿੱਚ ਰਸ਼ ਹੋਵੇ ਤਾਂ ਉਹ ਐਪਲੀਕੇਸ਼ਨ ਨੂੰ ਸ਼ਿਫਟ ਕਰ ਦਿੰਦੇ ਨੇ ਲੰਡਨ ਆਫਿਸ, ਜੇ ਉੱਥੇ ਹੋਵੇ ਤਾਂ ਕਿਸੇ ਦੂਜੀ ਕੰਟਰੀ ਸ਼ਿਫਟ ਕਰ ਦਿੰਦੇ ਨੇ। ਸੋ ਇਸ ਕਰਕੇ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹਦੇ ਉੱਤੇ ਬਹੁਤਾ ਜ਼ਿਆਦਾ ਇੰਪੈਕਟ ਨਹੀਂ ਪਵੇਗਾ। ਹਾਲਾਂਕਿ ਆਫੀਸ਼ੀਅਲੀ ਤੌਰ ਦੇ ਉੱਤੇ ਜੇਕਰ ਕੈਨੇਡਾ ਦੇ ਨਿਊਜ਼ ਚੈਨਲਸ ਵਗੈਰਾ ਕਹਿ ਰਹੇ ਨੇ, ਅਤੇ ਖਾਸ ਕਰਕੇ ਜੇਕਰ IRCC ਦੇ ਮੇਨ ਦਫ਼ਤਰ ਜਿਹੜਾ ਕੈਨੇਡਾ ਦੇ ਵਿੱਚ ਹੈ ਉਹਦੀਆਂ ਸਰਵਿਸਿਜ਼ ਦੇ ਵਿੱਚ ਇੰਪੈਕਟ ਪੈ ਰਿਹਾ, ਤਾਂ ਡੈਫੀਨੇਟਲੀ ਇੰਪੈਕਟ ਤਾਂ ਪੈਣਾ ਹੀ ਪੈਣਾ। ਬਟ ਹਾਂ,
उस लैवल ते इंपैक्ट नहीं पैना जिवें कोविड विच पिया सी जिथे सारे मुल्क दियां सारे देशां दियां एम्बैसीज क्लोज हो गईयां सीगियां कह सकदे IRCC दियां एम्बैसीज क्लोज हो गईयां सीगियां। उस तो बस सब तो वड्डी गल इह तुसीं VFS वगैरह जाके अपने बायोमैट्रिक वगैरह भी नहीं दे सकते। हुण थर्ड पार्टी जिन्नियां सर्विसिज ने सारियां चल रहियां ने, सो इस चीज़ का कोई बहुता ज़्यादा इंपैक्ट नहीं पै रहा। खास करके जेकर प्रोटेस्ट की गल की जाए उसका करंट अपडेट यह है कि कल का एक वीडियो मैं थोड़े नाल शेयर कर रहा स्क्रीन के उत्ते देखो, ये वीडियो कैलीगरी दे विच एक लाइन बना के म्यूजिक ते थिरकते हुए नज़र आए इन सारे इंपलॉयज की, यह वीडियो जी वायरल हो रही है। ये जो नज़र आ रहे हैं ये सारे PSAC का हिस्सा ने, यानी कि जोड़ा भी ये अलायंस है या कह सकते जोड़ा भी यह संगठन है वह हिस्सा ने, उस प्रोटेस्ट कह सकते उस संगठन के मैंबर ने जोड़े प्रोटेस्ट कर रहे हैं। उस तो अलावा एक वीडियो तुम्हें मैं होर दिखा दिना, ये वीडियो जी है 21 अप्रैल की है जिस बकायदा तौर पर PSAC का जोड़ा नुमाइंदा है वह मीडिया नाल इंटरैक्ट हो रहा है तो साफ तौर के उत्ते ऐलान कर रहा सरकार की कुछ कह रहा है, सुन लो तो देख लो। Look, our wage demand has always been so that we can keep up or keep in line with the rate of inflation. Workers in this country are fed up, they're frustrated, and rightfully so. Everybody wants to pay workers nothing, but yet we sit back and we watch corporations make record profits. We're being gouged in grocery store aisles, we're being gouged in the gas pumps, but yet everybody wants to repress the workers' wages. When this government represses its wages on its own employees, what it's doing is repressing wages for all workers right across the country. Workers in this country are fed up and they deserve a fair and decent wage increase, and that is no different with federal public sector employees as well. When do we want? Contract! When do we want it? हाँ हुण तुसीं देख लिया। हुण आपां गल करनी है कि एक्चुअल दे विच इस सारे दा निचोड़ की है। देखो निचोड़ सिंपल जिहा है, नो डाउट IRCC दे उत्ते इंपैक्ट पैना ही पैना है, ठीक है, क्योंकि जे कैनेडा की गल करिए कैनेडा दे विच भावें ESDC होवे या फिर LMIA जिहड़ा इशू करन वाले डिपार्टमेंट्स होण या LMIA नाल संबंधित लोग होण या फिर CBSA दे जिहड़े भी कह सकदा कि पार्ट होवे दा इमीग्रेशन दा, उहदे उत्ते इंपैक्ट पवेगा, IRCC दे उत्ते इंपैक्ट पवेगा, ट्रांसपोर्ट से इंपैक्ट पवेगा, तो होर कई तरह के डिपार्टमेंट से इंपैक्ट पवेगा, तो सारे एक दूजे नाल रिलेट करते होंगे ने, सो कितना कितने इंपैक्ट तो पैना ही पैना है। बट हाँ उस लैवल का नहीं पै रहा। सो जिहड़े भी एजेंट कह रहे हैं जी तुसीं UK ट्राई कर लो, US ट्राई कर लो, कह सकते न्यूजीलैंड चले जाओ, कंट्री चले जाओ, खास करके टूरिज्म नूं दसांगा, हुण तक का जिहड़ा प्रोसैसिंग टाइम है कैनेडा का वो 17, 18, 19, 20, 25 दिन इस तरीके शो कर रहा है, तो प्रैक्टिकली भी रिजल्ट इन्ने फास्ट आ रहे हैं। सो मैं तुहानू सारयां नू इह गल कहांगा तुसीं कैनेडा जेकर तुहाडा ड्रीम स्टेशन है तां तुसीं कैनेडा ही अप्लाई करो, लोड़ नहीं हैगी दूजे पासे जाण दी। हाँ उदां तुहाडी मर्जी है जा सकदे हो, बट हाँ कई बार दुकानदारी दे चक्कर विच एजेंट जिहड़ा उह तुहानू घुमा दिंदा है, पर इस चीज़ इस तरीके नाल तुसीं नहीं घूमना हैगा। दूजी गल, एप्लीकेशन की मूव करिए या रुक जाइए, खास करके स्टूडेंट वास्ते बिल्कुल एप्लीकेशन मूव करो, कोई प्रॉब्लम नहीं हैगी, रिजल्ट स्टैंडर्ड टाइम दे विच आ रहे हैं जो Canada.ca दे उत्ते दित्ता होया, बहुत घट्ट एप्लीकेशनस ने जिहड़ियां होल्ड हो रही हैं, जिन्हां दियां होल्ड हो गई वैबफॉर्म वगैरह रेज करते रहो। दूजी गल सब तो वड्डी ये है कि प्रोसैसिंग टाइम तो इंपैक्ट पै सकता है, पर जे तुसीं सितंबर इनटेक लई जा रहे हो, तुसीं जनवरी इनटेक लई जा रहे हो, तो बहुत सारा टाइम है तुहाडे लई, कोई प्रॉब्लम नहीं हैगी, तुसीं एप्लीकेशन मूव करो, विद इन टाइम पीरियड तुहाडा रिजल्ट जिहड़ा आ सकता है, क्योंकि इन्ना वड्डा बैकलॉग जिहड़ा स्टडी का नहीं हैगा। सो जेकर तुसीं विजिटर वीज़ा, टूरिस्ट वीज़ा, हाँ वर्क परमिट वाले जिन्होंने उत्थों LMIA वगैरह लैनी है या होर किसी कह सकते हो करना है, तो उन्होंने अपना प्रोसैस शुरू कर देना चाहिए, वैसे भी थोड़ा लेंथी प्रोसैस होंगे, सो अपना काम जो करते रहना चाहिए। मैं नहीं लगता कोई कि बहुत वड्डे लैवल पर इंपैक्ट पेगा, हाँ नॉर्मल जहाँ इंपैक्ट होगा, तो हड़तालों के नैगोशिएशन हो जाता है, तो बहुत जल्दी जोड़ा वो वापस बैक टू वर्क जोड़े है वो लोग आ जाएंगे, ये भी असं उम्मीद करते हैं। सो अज के वीडियो के इन्ना ही, होर इस तरह की अपडेट वास्ते ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਇਸ ਕੰਟੈਂਟ ਨੂੰ ਸ਼ੇਅਰ ਵੀ ਕਰੋ ਤਾਂ ਜੋ ਲੋਕਾਂ ਤੱਕ ਸਰਕੂਲੇਟ ਹੋਵੇ, ਅਵੇਅਰ ਹੋਣ ਲੋਕ ਅਤੇ ਫੇਕ ਖਬਰਾਂ ਤੋਂ ਬਚਿਆ ਜਾ ਸਕੇ। ਅਥੈਂਟਿਕ ਕੰਟੈਂਟ ਪੇਸ਼ ਕਰਨ ਦੀ ਇਸੇ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ। ਕਿਸੇ ਵੀ ਤਰ੍ਹਾਂ ਦੇ ਵੀਜ਼ਾ ਫਾਈਲਿੰਗ ਨਹੀਂ ਕਰਦੇ, ਕੰਟੈਕਟ ਨਾ ਕਰਿਆ ਕਰੋ, ਉਸ ਲਈ CAPS.NOTE SOP ਜੇਕਰ ਹੈਲਪ ਚਾਹੁੰਦੇ ਹੋ ਵੈਲਕਮ ਹੈ। ਜੇਕਰ ਤੁਸੀਂ ਕਿਸੇ ਤਰ੍ਹਾਂ ਦੇ ਵੀ ਕਹਿ ਸਕਦੇ ਆ ਆਪਣੀ ਫਾਈਲ ਡਿਸਕਸ ਕਰਨੀ ਹੈ ਜਾਂ ਪ੍ਰੋਫਾਈਲ ਬਾਰੇ ਕੋਈ ਜਾਣਕਾਰੀ ਜਾਂ ਕੋਈ ਕੰਸਰਨ ਹੈ, ਵਟਸਐਪ 'ਤੇ ਮੈਸੇਜ ਕਰਕੇ ਅਪੁਆਇੰਟਮੈਂਟ ਲੈ ਲਓ, ਜੋ ਟਾਈਮ ਹੋਵੇਗਾ ਕਾਲ ਬੈਕ ਕਰਕੇ ਤੁਹਾਡਾ ਹਰ ਕੰਸਰਨ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਸਤਿ ਸ਼੍ਰੀ ਅਕਾਲ।